ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਐਸ ਵੇਲੇ ਦੀ ਵੱਡੀ ਖਬਰ ਆ ਚੁੱਕੀ ਐ ਐਸ ਦੇਸੀ ਬੀਬੀ ਨੇ ਕਰਤਾ ਅਜੀਹਾ ਕੰਮ ਕੇ ਸਾਰੇ ਰਹਿ ਗਏ ਹੈਰਾਨ ਹੋ ਗਏ ਸਾਰੇ ਪਾਸੇ ਚਰਚਾ ਵੀਡੀਓ ਨੂੰ ਪੂਰੀ ਅੰਤ ਤੱਕ ਦੇਖ ਲਿਓ ਪੂਰੀ ਖਬਰ ਦਾ ਤੁਹਾਨੂੰ ਪਤਾ ਲੱਗ ਜਾਵੇਗਾ ਨਾਲ ਹੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਜੀ ਆਂ ਦੋਸਤੋ ਹਣ ਇੱਕ ਦੇਸੀ ਬੀਬੀ ਦੇ ਵੱਲੋਂ ਅਜੀਹਾ ਕੰਮ ਕੀਤਾ ਗਿਆ ਹੈ ਜਿਸ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰ ਦੇ ਅਨੁਸਾਰ ਇਹ ਘਟਨਾ ਗੁਜਰਾਤ ਦੇ ਬਨਾਸ ਕਾਂਠਾ ਤੋਂ ਸਾਹਮਣੇ ਆਈ ਹੈ ਜਿੱਥੇ 62 ਸਾਲਾਂ ਦੀ ਔਰਤ ਕਈ ਲੋਕਾਂ ਦੇ ਲਈ ਪ੍ਰੇਰਨਾ ਸਰੂਤ ਬਣ ਚੁੱਕੀ ਹੈ। ਪਿਛਲੇ ਸਾਲ ਕਰੋਨਾ ਦੇ ਦੌਰ ਵਿੱਚ ਬਹੁਤ ਸਾਰੇ ਲੋਕ ਬੇਰੁਜ਼ਗਾਰ ਹੋ ਚੁੱਕੇ ਸਨ। ਉੱਥੇ ਹੀ 62 ਸਾਲਾਂ ਔਰਤ ਨਵਲਬੇਨ ਦੇ ਵੱਲੋਂ ਡੈਰੀ ਦਾ ਕੰਮ ਸ਼ੁਰੂ ਕੀਤਾ ਗਿਆ ਤੇ ਜਿੱਥੇ ਉਸ ਨੂੰ ਮੱਝਾਂ ਗਾਂਾਂ ਪਾਲਣ ਦਾ ਸ਼ੌਂਕ ਸੀ ਤੇ ਉੱਥੇ ਹੀ ਉਹ ਇਸ ਕੰਮ ਦੇ ਲਈ ਆਪਣੀ ਕਮਾਈ ਵੀ ਉਹਨੂੰ ਜਰੀਆ ਬਣਾ ਲਿਆ ਗਿਆ ਤੇ ਉਹਨਾਂ ਨੇ ਮੱਝਾਂ ਗਾਂਾਂ ਦਾ ਦੁੱਧ ਵੇਚ ਕੇ ਸਾਰਿਆਂ ਨੂੰ ਹੈਰਾਨ ਕਰਨ ਕੀ ਰੱਖ ਦਿੱਤਾ ਹੈ ਕਮਾਈ ਦੇ ਮਾਮਲੇ ਵਿੱਚ ਔਰਤ ਨੇ ਜਾਣਕਾਰ ਦਿੰਦੇ ਹੋਏ ਦੱਸਿਆ ਹੈ ਕਿ ਅੱਜ ਉਹਦੇ ਕੋਲ 80 ਮੱਝਾਂ ਤੇ 45 ਗਾਂਾਂ ਹਨ ਤੇ ਉਸ ਨੂੰ ਹਰ ਮਹੀਨੇ ਦਾ ਦੁੱਧ ਵੇਚ ਕੇ 3.5 ਲੱਖ ਰੁਪਏ ਦਾ ਮੁਨਾਫਾ ਹੁੰਦਾ ਹੈ ਤੇ ਪਿਛਲੇ ਸਾਲ 2020 ਵਿੱਚ ਨਵਨਬੇਲ ਦੇ ਵੱਲੋਂ 1 ਕਰੋੜ 10 ਲੱਖ ਰੁਪਏ ਦਾ ਦੁੱਧ ਵੇਚਿਆ ਗਿਆ ਤੇ ਉਸਨੇ ਆਪਣਾ ਇਹ ਪਸ਼ੂ ਪਾਲਣ ਦਾ ਕਾਰੋਬਾਰ 20-25 ਮੱਝਾਂ ਗਾਵਾਂ ਦੇ ਨਾਲ ਸ਼ੁਰੂ ਕੀਤਾ ਇਸ ਸਾਲ 2019 ਦੇ ਵਿੱਚ 87.95 ਲੱਖ ਰੁਪਏ ਦਾ ਦੁੱਧ ਵੇਚਿਆ ਗਿਆ ਸੀ ਇਸ ਔਰਤ ਨੇ ਆਪਣੇ ਪਰਿਵਾਰ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਉਸਦੇ ਚਾਰ ਪੁੱਤਰ ਹਨ ਜੋ ਕਿ ਸ਼ਹਿਰਾਂ ਵਿੱਚ ਕੰਮ ਕਰਨ ਲਈ ਜਾਂਦੇ ਹਨ ਤੇ ਚਾਰ ਪੁੱਤਰ ਉਸਦੇ ਨਾਲ ਬਹੁਤ ਕਮਾਈ ਕਰਦੇ ਹਨ ਤੇ ਇਸ ਔਰਤ ਦੀ ਚਰਚਾ ਸਾਰੇ ਪਾਸੇ ਜੋ ਕਿ ਬਹੁਤ ਸਾਰੇ ਲੋਕਾਂ ਦੇ ਲਈ ਪ੍ਰੇਰਨਾ ਸਰੋਤ ਬਣ ਚੁੱਕੀ ਹੈ